ਸ਼ੀਕਾਲ ਦੋਸਤੋ ਦੋਸਤੋ ਇੱਕ ਵਾਰ ਨਾ ਇੱਕ ਅਧਿਆਪਕ ਆਪਦੀ ਕਲਾਸ ਦੇ ਵਿੱਚ ਸਬਕ ਪੜਾ ਰਿਹਾ ਹੁੰਦਾ ਹੈ ਤੇ ਸਬਕ ਹੁੰਦਾ ਹੈ ਦੋਸਤੀ ਦਾ ਤਾਂ ਇੱਕ ਸਟੂਡੈਂਟ ਉਹਨਾਂ ਦਾ ਖੜਾ ਹੋ ਕੇ ਅਧਿਆਪਕ ਨੂੰ ਸਵਾਲ ਕਰਦਾ ਹੈ ਵੀ ਸਾਰੇ ਇਹ ਦੋਸਤੀ ਕੀ ਹੁੰਦੀ ਹੈ ਵੀ ਦੋਸਤੀ ਨੂੰ ਮਾਪਣ ਦੇ ਲਈ ਵੀ ਕੋਈ ਪੈਰਾਮੀਟਰਸ ਹੁੰਦੇ ਨੇ ਤਾਂ ਅਧਿਆਪਕ ਉਹਨੂੰ ਕਹਿੰਦਾ ਵੀ ਪਹਿਲਾਂ ਤਾਂ ਦੋਸਤੀ ਹੈ ਜਿਹੜੀ ਉਹ ਦੋ ਸ਼ਬਦਾਂ ਦਾ ਮੇਲ ਹੈ ਦੋ ਤੇ ਸਤ ਮਤਲਬ ਕਿ ਦੋ ਰਾਸ ਇਹਨੂੰ ਅਸੀਂ ਮਾਪਦੇ ਆ ਇਹਦੇ ਲਈ ਤਿੰਨ ਪੌੜੀਆਂ ਅਸੀਂ ਨਿਰਧਾਰਤ ਕੀਤੀਆਂ ਜਿਦੇ ਚੋ ਪਹਿਲੀ ਪੌੜੀ ਹੈ ਕਹਿੰਦੇ ਵੀ ਜੇ ਤੁਸੀਂ ਦੋ ਦੋਸਤ ਬੈਠੇ ਹੋ ਨਾ ਇਕੱਠੇ ਭਾਵੇਂ ਗੱਲਬਾਤ ਵੀ ਨਹੀਂ ਕਰ ਰਹੇ ਖਾਮੋਸ਼ ਬੈਠੇ ਹੋ ਤਾਂ ਵੀ ਇੱਕ ਦੂਜੇ ਦੀ ਕੋਸ਼ਿਸ਼ ਹੁੰਦੀ ਹੈ ਵੀ ਜਿਹੜਾ ਮੇਰਾ ਦੋਸਤ ਹੈ ਨਾ ਉਹ ਮੇਰੇ ਲਾਗੇ ਉੱਠ ਕੇ ਨਾ ਜਾਵੇ ਇਸ ਲਈ ਉਹ ਉਹਨੂੰ ਐਂਟਰਟੇਨ ਕਰਨ ਦੇ ਲਈ ਹਰ ਹੀ ਲਾ ਵਸੀਲਾ ਕਰਦਾ ਹੈ ਦੂਜਾ ਸਟੈਪ ਉਹਨਾਂ ਨੇ ਦੱਸਿਆ ਕਹਿੰਦੇ ਵੀ ਦੋਨਾਂ ਨੂੰ ਨਾ ਆਪਦੇ ਆਪਦੇ ਇੰਟਰਸਟ ਛੱਡਣੇ ਚਾਹੀਦੇ ਨੇ ਮਤਲਬ ਕਿ ਜੇ ਲੱਗਦਾ ਤੁਹਾਨੂੰ ਵੀ ਮੇਰੇ ਦੋਸਤ ਨੂੰ ਮੇਰੀ ਆ ਗੱਲ ਕਰਕੇ ਤਕਲੀਫ ਹੁੰਦੀ ਆ ਜਾਂ ਉਹ ਅਪਸੈਟ ਹੋ ਜਾਂਦਾ ਤਾਂ ਫਿਰ ਉਹਨੂੰ ਆਪਦਾ ਉਹ ਇੰਟਰਸਟ ਹੈ ਜਿਹੜਾ ਉਹ ਛੱਡ ਦੇਣਾ ਚਾਹੀਦਾ ਕਿਉਂਕਿ ਦੋਸਤੀ ਦੇ ਵਿੱਚ ਫਿਰ ਨਫੇ ਨੁਕਸਾਨ ਨਹੀਂ ਦੇਖੇ ਜਾਂਦੇ ਤੇ ਤੀਜੀ ਗੱਲ ਉਹਨਾਂ ਨੇ ਦੱਸੀ ਕਹਿੰਦੇ ਵੀ ਜੇ ਤੁਹਾਡੇ ਦੋਸਤ ਦੀ ਕੋਈ ਵੀ ਤਾਰੀਫ ਕਰ ਰਿਹਾ ਹੈ ਨਾ ਤਾਂ ਫਿਰ ਉੱਥੇ ਤੁਸੀਂ ਜੈਲਸ ਨਾ ਹੋ ਉਹ ਸਭ ਨੂੰ ਤੁਹਾਨੂੰ ਖੁਸ਼ ਹੋਣਾ ਚਾਹੀਦਾ ਤੇ ਜੇ ਤੁਹਾਡੇ ਦੋਸਤ ਦੇ ਖਿਲਾਫ ਕੋਈ ਗੱਲ ਹੋ ਰਹੀ ਹੋਵੇ ਤਾਂ ਫਿਰ ਉੱਥੇ ਢਾਲ ਬਣ ਕੇ ਅੜ ਵੀ ਜਾਣਾ ਚਾਹੀਦਾ ਦੋਸਤੋ ਅਧਿਆਪਕ ਨੇ ਤਾਂ ਇਹ ਤਿੰਨ ਚੀਜ਼ਾਂ ਦੋਸਤੀ ਬਾਰੇ ਦਸੀਆਂ ਜੇ ਤੁਹਾਡੇ ਮੁਤਾਬਕ ਕੋਈ ਹੋਰ ਗੱਲ ਵੀ ਹੈਗੀ ਹੈ ਜਿਹੜੀ ਦੋਸਤੀ ਦੇ ਪੈਰਾਮੀਟਰਸ ਦੇ ਉੱਤੇ ਆ ਕੇ ਖੜਦੀ ਹੈ ਤਾਂ ਫਿਰ ਤੁਸੀਂ ਵੀ ਮੈਨੂੰ ਕਮੈਂਟਾਂ ਰਾਹੀਂ ਜ਼ਰੂਰ ਦੱਸਿਓ ਤੇ ਜੇ ਵੀਡੀਓ ਵਧੀਆ ਲੱਗੀ ਇਹਨੂੰ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਜ਼ਰੂਰ ਕਰਿਆ ਕਰੋ ਧੰਨਵਾਦ